उस शख्स नूं मूँह जवानी अपने सारे पिंड दे नंबर याद ने, एक सेकंड दे विच पता नहीं किन्ने के नंबर सुना दे। अपनी भूआ दे मुंडे दा नंबर दस्सो। उन्हां 9986070 जी। अपने मामे दे मुंडे दा नंबर 9869 जी 57895 जी। अपने चाचे दे मुंडे दा नंबर 9855427785। अपने ताए दे मुंडे दा उन्हां दा 8146 जी 17944 जी। अपने सहुरिआं दा नंबर मेरे सहुरिआं 94170 जी 6022 जी। अगले साले दा नंबर उन्हां दा नंबर है जी 90233333126 जी। क्या बात है यार, मैं एक मिनट च नंबर बाई तो पुछे, एक मिनट च बाई ने दसे, क्या बात है। तो ये इंटरव्यू यही चीज़ है जी, इंटरव्यू खास बनाती है कि बंदा सोचता है नहीं, एकदम इनू एक सेकेंड च सवाल पुछो कि नंबर दसी, एक सेकेंड के दसूगा बई। मौजूदा सरपंच तो शुरू कर लो, पंचायत मैंबर के सारे के नंबर, जिन्हें थोड़े पिंड दुकाना ने उन्होंने नंबर सारे सुनाओ। ठीक है जी। सरपंच राजपाल सिंह जी, उन्हों का नंबर है 9781216553 जी। गुलाब सिंह मैंबर है जी, उन्हों का नंबर 7580 जी 92557 जी। सुनील कुमार मैंबर है जी, उन्हों का नंबर 9496 जी 40070 जी। तो अपने बलजीत सिंह मैंबर है जी, उन्हों का नंबर 9876015873 जी। बग्गा सिंह मैंबर ने जी, उन्हों का नंबर 6239434205 जी। अपने मक्खण सिंह मैंबर है जी, उन्हों का नंबर 9413 जी 95931 जी। हाँ जी। तो बाकी जिवें डॉक्टर हो गए जी, मेन दुकान वाले जी, डॉक्टर का नंबर है जी 9496577328 जी। डॉक्टर का दूजा नंबर है जी 9869866472 जी। एक अपने डॉक्टर गुरमेल सिंह जी, पिछले जी एक्सपायर हो गए जी, उन्हों का नंबर 9875279457 जी। एक अपने डॉक्टर हैप्पी है जी, उन्हों का नंबर जी 9869866066 जी। तो वो बाइक साढ़े नाल जिहड़ा इंटरव्यू कराने आया वो बाइक खड़ा है, हुणे आपां लाइव टैसट कर लैने आ बई, ਉਹ ਬੰਦੇ ਦੇ ਕਿੰਨੇ ਨੰਬਰ ਚੱਲਦੇ ਤੇ ਨੰਬਰ ਮੂੰਹ ਜਵਾਨੀ ਯਾਦ ਨੇ ਕਿ ਨਹੀਂ? ਉਹਨਾਂ ਦੇ ਦੋ ਨੰਬਰ ਚੱਲਦੇ ਆ ਬਾਈ ਜੀ, ਦੋਨੋਂ ਹੀ ਯਾਦ ਆ ਜੀ, 9877 ਜੀ 6257 ਜੀ 62 ਅਤੇ ਬਾਈ ਉਹ ਮੁੰਡਾ ਕੈਮਰਾਮੈਨ ਹੈ, ਜਦੋਂ ਸ਼ੁਰੂ 'ਚ ਇੰਟਰਵਿਊ ਸ਼ੁਰੂ ਕੀਤੀ ਆ ਉਦੋਂ ਪਹਿਲਾਂ ਆਪਾਂ ਨੰਬਰ ਤੁਹਾਨੂੰ ਦੱਸਿਆ ਸੀ ਇਹ ਬਾਈ ਦਾ ਵੀ ਬਾਈ ਤੁਸੀਂ ਨੰਬਰ ਅਸੀਂ ਇੰਟਰਵਿਊ 'ਚੋਂ ਪੁੱਛਾਂਗੇ, ਅਤੇ ਉਹ ਮੌਕਾ ਹੁਣ ਉਹ ਮੁੰਡਾ ਕੈਮਰਾ ਚਲਾ ਰਿਹਾ, ਪਿੱਛੇ ਸਾਡਾ ਕੈਮਰਾਮੈਨ ਹੈ ਬਾਈ, ਉਹਦਾ ਨੰਬਰ ਦੱਸੋ ਕਿਉਂਕਿ ਇੰਟਰਵਿਊ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਨੰਬਰ ਦੱਸਿਆ ਸੀ, ਹੁਣ ਟੈਸਟ ਕਰਾਂਗੇ ਯਾਦ ਹੈ ਜਾਂ ਨਹੀਂ। ਇਹਨਾਂ ਦਾ ਨੰਬਰ ਹੈ 7874 ਜੀ 58 ਜੀ। ਇਹੀ ਨੰਬਰ ਆ ਬਾਈ? ਵਾਹ ਕਿਆ ਬਾਤ ਹੈ, ਕੈਮਰਾਮੈਨ ਵੀ ਕਹਿੰਦਾ ਬਾਈ ਇਹੀ ਨੰਬਰ ਆ। ਕਿੰਨੀ ਐਮ ਪੀ ਦੇ ਇਲੈਕਸ਼ਨ ਵੇਲੇ ਤੁਹਾਨੂੰ ਦੱਸਦਾ ਜੀ, ਰਾਜਾ ਵੜਿੰਗ ਜੀ ਨਾਲ ਸੀਗਾ ਜੀ, ਮੈਂ ਉਹਨਾਂ ਦੇ ਨਾਲ ਸੀਗਾ ਜੀ, ਮੈਂ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਕੋਈ ਨੰਬਰ ਬੋਲ ਕੇ ਜਾਓ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਕਾਹਲੀ ਸੀਗੀ ਜੀ, ਉਹਨਾਂ ਨੇ ਬਹੁਤ ਕਾਹਲੀ 'ਚ ਮੈਨੂੰ ਨੰਬਰ ਬੋਲਿਆ ਸੀ ਵੀ 9880666 ਕਹਿੰਦੇ ਨੋਟ ਕਰ ਲਾ ਜੀ, ਮੈਂ ਮਤਲਬ ਵੀ ਅੱਜ ਤੋਂ 5-6 ਸਾਲ ਪਹਿਲਾਂ ਦਾ ਨੋਟ ਕੀਤਾ ਹੋਇਆ ਜੀ, ਉਹ ਨੰਬਰ ਮੇਰੇ ਅੱਜ ਵੀ ਯਾਦ ਆ ਮੂੰਹ ਜਵਾਨੀ ਜੀ। ਅੱਛਾ, ਹਾਂਜੀ। ਜੇ ਕੋਈ ਮੂੰਹ ਜਵਾਨੀ ਤੁਰਿਆ ਜਾਂਦਾ ਵੀ ਨੰਬਰ ਦੱਸਦੇ ਉਹ ਵੀ ਯਾਦ ਕਰ ਯਾਦ ਹੋ ਜਾਂਦਾ? ਹਾਂਜੀ। ਬਾਹਰੋਂ ਬਾਈ ਜੀ ਮੈਂ ਕੱਲ੍ਹ, ਮੈਨੂੰ 7-8 ਸਾਲਾਂ ਬਾਅਦ ਮੇਰੇ ਦੋਸਤ ਦਾ ਫੋਨ ਆਇਆ ਜੀ, ਉਹ ਕਹਿੰਦੇ ਵੀ ਸਾਡੇ ਨੰਬਰ ਯਾਦ ਆ ਜੀ, ਉਹਨਾਂ ਦੇ ਨੰਬਰ ਯਾਦ ਆ ਜੀ, ਉਹਨਾਂ ਰਾਮਾ ਮੰਡੀ ਕੋਲ ਕਣਕਵਾਲ ਆ ਜੀ, ਮੇਰੇ ਨਾਲ 2013 'ਚ ਉਹਨਾਂ ਨੇ ਡਿਪਲੋਮਾ ਕੀਤਾ ਸੀਗਾ ਜੀ, ਉਹਨਾਂ ਦੇ ਨੰਬਰ ਮੈਂ ਬੋਲਣਾ ਚਾਹੁੰਦਾ ਜੀ, ਉਹ ਮੇਰੇ ਦੋਸਤ ਨੇ ਜਿੱਥੋਂ 4 ਜੀ, ਇੱਕ ਦਾ ਨਾਮ ਆ ਜੀ ਗੁੱਗੂ ਜੀ, ਉਹਦਾ ਨੰਬਰ 97790 ਜੀ 17701 ਜੀ। ਇੱਕ ਦਾ ਨਾਮ ਸੀ ਨਿਰਮਲ ਜੀ, ਉਹਦਾ ਨੰਬਰ 9521515003 ਜੀ। ਇੱਕ ਸੀਪਾ ਜੀ, ਉਹਦਾ ਨੰਬਰ ਸੀ 9443404401 ਜੀ। ਇੱਕ ਦਾ ਨਾਮ ਸੀ ਸ਼ੰਮਾ ਜੀ, ਉਹਦਾ ਨੰਬਰ 9468477648 ਜੀ। ਕਿ ਜਿਹੜਾ ਵੀ ਆਪਾਂ ਨੰਬਰ ਬੋਲਾਂਗੇ ਜੀ ਤੁਸੀਂ ਲਾ ਕੇ ਦੇਖ ਸਕਦੇ ਹੋ, ਕੋਈ ਐਂ ਨਹੀਂ ਕਹਿ ਸਕਦਾ ਵੀ ਉਹੀ ਬੋਲ ਰਹੇ ਨੇ ਜੀ, ਸਾਵਾਂ ਹੀ ਬੰਦਾ ਬੋਲੂ। ਹਾਂਜੀ ਹਾਂਜੀ। ਯਾਦ ਸ਼ਕਤੀ ਪਹਿਲਾਂ ਤੋਂ ਸੀ ਜਾਂ ਕੋਈ ਬਾਅਦ 'ਚੋਂ ਇਹ ਰੱਬ ਨੇ ਕੋਈ ਚਮਤਕਾਰ ਕਰਿਆ ਵੀ ਫਿਰ ਇਹ ਸਾਰਾ ਕੁਛ ਇੱਕੋਦਮ ਯਾਦ ਆਉਣ ਲੱਗ ਗਿਆ? ਮੈਨੂੰ ਬਾਈ ਕਾਲਜ ਟਾਈਮ 'ਤੇ ਪਤਾ ਲੱਗਿਆ ਜੀ, ਮੈਨੂੰ ਮੁੰਡੇ ਨੰਬਰ ਨਾਲ ਦੇ ਮਤਲਬ ਵੀ ਮਿੱਤਰ ਨੰਬਰ ਦੱਸਦੇ ਹੁੰਦੇ ਸੀਗੇ ਜੀ, ਬਾਅਦ 'ਚੋਂ ਮੈਨੂੰ ਪੁੱਛ ਲੈਂਦੇ ਵੀ ਤੇਰੇ ਨੰਬਰ ਯਾਦ ਆ ਜੀ, ਮੇਰੇ ਨੰਬਰ ਯਾਦ ਰਹਿ ਜਾਂਦਾ ਜੀ, ਬਸ ਉੱਥੋਂ ਤੋਂ ਮੈਂ ਧਿਆਨ ਦੇਣ ਲੱਗ ਗਿਆ ਜੀ, ਮਤਲਬ ਮੇਰੇ ਅੱਜ 3-4 ਹਜ਼ਾਰ ਨੰਬਰ ਮੂੰਹ ਜਵਾਨੀ ਯਾਦ ਆ ਜੀ। ਮੈਨੂੰ ਸਵੇਰੇ ਜੀ 6 ਵਜੇ ਦੇ ਕਰੀਬ ਫੋਨ ਆਉਣ ਲੱਗ ਜਾਂਦੇ ਜੀ, ਕਿਸੇ ਜਿਵੇਂ ਕਿਸੇ ਨੂੰ ਪਿੰਡ 'ਚ ਕੋਈ ਕੰਮ ਆ ਜੀ, ਮੈਨੂੰ ਘੱਟੋ ਘੱਟ 25-30 ਫੋਨ ਆਉਂਦੇ ਜੀ ਸਵੇਰੇ ਸਵੇਰੇ ਜੀ, ਲੋਕ ਨੰਬਰ ਮੰਗਦੇ ਜੀ, ਕਿਵੇਂ ਕੋਈ ਹੁਣ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਜੀ ਖੇਤਾਂ 'ਚ, ਕਿਸੇ ਨੇ ਕਿਹਦੀ ਟਰਾਲੀ ਪੁੱਛਣੀ ਜੀ, ਟਰੈਕਟਰ ਪੁੱਛਣਾ ਜਾਂ ਹਲ ਪੁੱਛਣੇ ਜੀ, ਜਾਂ ਹੋਰ ਵੀ ਕੋਈ ਕਿਸੇ ਨੂੰ ਕੰਮ ਹੁੰਦਾ ਤਾਂ ਮੈਨੂੰ 25-30 ਫੋਨ ਰੋਜ਼ ਆਉਂਦੇ ਆ ਜੀ। ਤੁਹਾਡੇ ਤੋਂ ਪਹਿਲਾਂ ਮੈਨੂੰ 5-7 ਫੋਨ ਆ ਕੇ ਹਟਿਆ ਵੀ ਬਾਈ ਨੰਬਰ ਦੱਸੀ ਯਾਰ ਫਲਾਣੇ ਦਾ ਸਾਨੂੰ ਆਹ ਕੰਮ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ, ਅੱਜ ਇੱਕ ਵੱਖਰੇ ਜਿਹੇ ਸ਼ਖਸ ਨਾਲ ਮਿਲਾਵਾਂਗੇ, ਉਹ ਸ਼ਖਸ ਐਸਾ ਹੈ ਜਿਹਦੇ ਦਿਮਾਗ 'ਚ ਪਤਾ ਨਹੀਂ ਕਿੰਨੇ ਕੁ ਦੁਨੀਆਂ ਦੇ ਮੋਬਾਈਲ ਨੰਬਰ ਆਪਣੇ ਦਿਮਾਗ ਦੇ ਵਿੱਚ ਭਰੇ ਹੋਏ ਆ, ਉਹ ਸ਼ਖਸ ਨੂੰ ਮੂੰਹ ਜਵਾਨੀ ਆਪਣੇ ਸਾਰੇ ਪਿੰਡ ਦੇ ਨੰਬਰ ਯਾਦ ਨੇ, ਇੱਕ ਸਕਿੰਟ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨੰਬਰ ਸੁਣਾ ਦੂਗਾ, ਜਿੱਥੇ ਸਾਡੀ ਯਾਦਾਸ਼ਤ ਬਹੁਤ ਕਮਜ਼ੋਰ ਹੋਈ ਜਾਂਦੀ ਹੈ ਦਿਨ ਪ੍ਰਤੀ ਦਿਨ। ਪਤਾ ਨਹੀਂ ਆਹ ਬਾਈ ਜਿਹੜਾ ਤੁਹਾਨੂੰ ਮਿਲਾਉਣ ਲੱਗਿਆ ਇਹ ਪਤਾ ਨਹੀਂ ਕਿਹੜੀ ਖੁਰਾਕ ਖਾਂਦਾ ਹੈ, ਇਹਦੇ ਹਜ਼ਾਰਾਂ ਤੋਂ ਵੱਧ ਨੰਬਰ ਦਿਮਾਗ ਦੇ ਵਿੱਚ ਯਾਦ ਨੇ, ਇੱਕ ਸਕਿੰਟ ਦੇ ਵਿੱਚ ਸਾਰੇ ਨੰਬਰ ਸੁਣਾ ਦੂਗਾ। ਇਹ ਯਾਦ ਸ਼ਕਤੀ ਇੰਨੀ ਤੇਜ਼ ਕਿਵੇਂ ਹੋਈ, ਇਹ ਯਾਦ ਸ਼ਕਤੀ ਕੀ ਖਾਂਦਾ ਬਾਈ ਜਿਹੜਾ ਯਾਦ ਸ਼ਕਤੀ ਇੰਨੀ ਵੱਧ ਗਈ, ਕਿਹੜੀ ਐਸੀ ਖੁਰਾਕ ਆ, ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਈ ਨਾਲ, ਗੱਲਬਾਤ ਕਰ ਲੈਂਦੇ ਬਾਈ। ਸਤਿ ਸ਼੍ਰੀ ਅਕਾਲ, ਨਾਮ ਦੱਸ ਦਿਓ ਪਹਿਲਾਂ ਤਾਂ। ਬਾਈ ਜੀ ਮੇਰਾ ਨਾਮ ਜਗਮੋਹਨ ਸਿੰਘ ਜੀ, ਪਿੰਡ ਬੁਰਜਹਰੀ, ਜ਼ਿਲ੍ਹਾ ਮਾਨਸਾ ਜੀ। ਅੱਛਾ।
हाँ जी याद शक्ति बहुत तकड़ी चक्की फिरते हो, खाने क्यों पहला खुराक दसो। बस बई जी नॉर्मल खाने ही खाने, जिम्मे अपना रोटी सादी रोटी बस दही लस्सी बस यही नॉर्मल चीज़ें ही खाने वीरे। अच्छा छोटा डेमो दिखा दी आप हूँ पिंड के किहड़े पासे तो शुरू करोगे नंबर गनाने? किसी पासे तो सरपंच तो चला लो जी, मेन बंदे ने जी मौजूदा सरपंच तो शुरू कर लो, पंचायत मैंबर के सारे के नंबर, जिन्हें थोड़े पिंड दुकाना ने उन्होंने नंबर सारे सुनाओ। ठीक है जी, सरपंच राजपाल सिंह जी उन्हों का नंबर 9781616553 जी, गुलाब सिंह मैंबर है जी उन्हों का नंबर 7580 जी 9557 जी, सुनील कुमार मैंबर है जी उन्हों का नंबर 9496 जी 4070 जी, तो अपने बलजीत सिंह मैंबर है जी उन्हों का नंबर 9876015873 जी, बग्गा सिंह मैंबर ने जी उन्हों का नंबर 6239344205 जी, अपने मक्खण सिंह मैंबर है जी उन्हों का नंबर 9413 जी 95931 जी। हाँ जी, तो बाकी जिवें डॉक्टर हो गए जी मेन दुकान वाले जी, डॉक्टर का नंबर है जी 9496577328 जी, डॉक्टर दूजा नंबर है जी 9899168472 जी, एक अपने डॉक्टर गुरमेल सिंह जी पिछे जी एक्सपायर हो गए जी उन्हों का नंबर 9875279457 जी, एक अपने डॉक्टर हैप्पी है जी उन्हों का नंबर जी 9189636066 जी, एक अप जिवें अपने मतलब ट्रैक्टर का काम करते जी ट्रैक्टर ठीक करते उन्हों का नंबर 9871 जी 4385 जी, उन्होंने बेटे का नंबर 8472073 जी 8568 जी, ਉਹਦੇ ਨਾਲ ਹੀ ਮਤਲਬ ਵਰਕਸ਼ਾਪ ਆਈ ਜਿਹੜੇ ਟਰੈਕਟਰ ਟਰਾਲੀਆਂ ਠੀਕ ਕਰਦੇ ਜੀ ਉਹਨਾਂ ਦਾ ਨੰਬਰ 9477994547 ਜੀ, ਉਹਦੇ ਨਾਲ ਹੀ ਇੱਕ ਵਰਕਸ਼ਾਪ ਹੋਰ ਆ ਜੀ ਉਹ ਵੀ ਟਰੈਕਟਰ ਟਰਾਲੀਆਂ ਠੀਕ ਕਰਦੇ ਜੀ ਉਹਨਾਂ ਦਾ ਨੰਬਰ 9762 ਜੀ 7573 ਜੀ, ਉਹਦੇ ਨਾਲ ਹੀ ਮੋਟਰਸਾਈਕਲ ਵਾਲੀ ਦੁਕਾਨ ਆ ਜੀ ਉਹਦਾ ਨੰਬਰ ਜੀ 9898954466 ਜੀ, ਉਹਦੇ ਨਾਲ ਹੀ ਬਾਈ ਜੀ ਕਾਟਿੰਗ ਦੀ ਦੁਕਾਨ ਆ ਜੀ ਉਹਨਾਂ ਦਾ ਨੰਬਰ 9456599953 ਜੀ, ਉਹੀ ਉੱਥੇ ਨਾਲ ਹੀ ਇੱਕ ਕਾਟਿੰਗ ਵਾਲਾ ਹੋਰ ਆ ਜੀ ਉਹਦਾ ਨੰਬਰ 9888817942 ਜੀ, ਉੱਥੇ ਨਾਲ ਹੀ ਬਾਈ ਜੀ ਡੀਜਿਆਂ ਵਾਲੀ ਦੁਕਾਨ ਆ ਜੀ ਉਹਦਾ ਨੰਬਰ ਜੀ 9049-22007 ਜੀ, ਅਤੇ ਉੱਥੇ ਨਾਲ ਹੀ ਮਾਰਬਲ ਵਾਲੀ ਦੁਕਾਨ ਆ ਜੀ ਉਹਨਾਂ ਦਾ ਨੰਬਰ 8276 ਜੀ 3035 ਜੀ, ਉੱਥੇ ਨਾਲ ਹੀ ਆਟਾ ਚੱਕੀ ਆ ਜੀ ਉਹਨਾਂ ਦਾ ਨੰਬਰ 99151 ਜੀ 3179 ਜੀ, ਉੱਥੇ ਨਾਲ ਹੀ ਟਰੈਕਟਰਾਂ ਦੀ ਸਪੇਅਰ ਪਾਰਟਸ ਦੀ ਦੁਕਾਨ ਆ ਜੀ ਉਹਨਾਂ ਦਾ ਨੰਬਰ ਹੈ ਜੀ ਆਪਣਾ 9721-29830 ਜੀ, ਐਂ ਬਾਈ ਜੀ ਨੇ ਕਈ ਨੰਬਰ ਮੇਰੇ ਯਾਦ ਨੇ ਜੀ ਹੋਰ ਜਿਹੜੇ ਮੈਂ ਆਪਣੇ ਗੁਰਦੁਆਰਿਆਂ ਦੇ ਪ੍ਰਧਾਨ ਹੋ ਗਏ ਜੀ ਉਹਨਾਂ ਦੇ ਨੰਬਰ 98 ਇਕੱਲੇ ਪਿੰਡ ਵਾਲਿਆਂ ਦੇ ਯਾਦ ਹੈ ਜਾਂ ਜਿਹੜੇ ਬਾਹਰੋਂ ਵੀ ਨੇ ਉਹਨਾਂ ਦੇ ਵੀ ਯਾਦ? ਬਾਹਰੋਂ ਬਾਈ ਜੀ ਕੱਲ੍ਹ ਮੈਨੂੰ 7-8 ਸਾਲਾਂ ਬਾਅਦ ਮੇਰੇ ਦੋਸਤ ਦਾ ਫੋਨ ਆਇਆ ਜੀ, ਉਹ ਕਹਿੰਦੇ ਵੀ ਸਾਡੇ ਨੰਬਰ ਯਾਦ ਆ ਜੀ, ਉਹਨਾਂ ਦੇ ਨੰਬਰ ਯਾਦ ਆ ਜੀ ਉਹਨਾਂ ਰਾਮਾ ਮੰਡੀ ਕੋਲ ਕਣਕਵਾਲ ਆ ਜੀ, ਮੇਰੇ ਨਾਲ 2013 'ਚ ਉਹਨਾਂ ਨੇ ਡਿਪਲੋਮਾ ਕੀਤਾ ਸੀਗਾ ਜੀ, ਉਹਨਾਂ ਦੇ ਨੰਬਰ ਮੈਂ ਬੋਲਣਾ ਚਾਹੁੰਦਾ ਜੀ, ਉਹ ਮੇਰੇ ਦੋਸਤ ਨੇ ਜਿੱਥੋਂ 4 ਜੀ, ਇੱਕ ਦਾ ਨਾਮ ਆ ਜੀ ਗੁੱਗੂ ਜੀ ਉਹਦਾ ਨੰਬਰ 97790 ਜੀ 17701 ਜੀ, ਇੱਕ ਦਾ ਨਾਮ ਸੀ ਨਿਰਮਲ ਜੀ ਉਹਦਾ ਨੰਬਰ 9591-15003 ਜੀ, ਇੱਕ ਸੀਪਾ ਜੀ ਉਹਦਾ ਨੰਬਰ ਸੀ 9443-04-41-01 ਜੀ, ਇੱਕ ਦਾ ਨਾਮ ਸੀ ਸ਼ੰਮਾ ਜੀ ਉਹਦਾ ਨੰਬਰ 9448-77648 ਜੀ। ਐਂ ਤਾਂ ਨਹੀਂ ਹੈਗਾ ਵੀ ਸੁਪਨਿਆਂ 'ਚ ਪਏ ਵੀ ਨੰਬਰ ਬੋਲੀ ਜਾਂਦੇ ਹੋਣਗੇ? ਨਾ ਨਾ ਬਾਈ ਜੀ ਇੱਦਾਂ ਤਾਂ ਕੋਈ ਗੱਲ ਨਹੀਂ, ਬਾਕੀ ਜਿਹੜਾ ਵੀ ਆਪਾਂ ਨੰਬਰ ਬੋਲਾਂਗੇ ਜੀ ਤੁਸੀਂ ਲਾ ਕੇ ਦੇਖ ਸਕਦੇ ਹੋ, ਕੋਈ ਐਂ ਨਹੀਂ ਕਹਿ ਸਕਦਾ ਵੀ ਉਈਂ ਬੋਲ ਰਹੇ ਨੇ ਜੀ, ਸਾਵਾਂ ਹੀ ਬੰਦਾ ਬੋਲੂ। ਹਾਂਜੀ ਹਾਂਜੀ। ਅਤੇ ਯਾਦ ਸ਼ਕਤੀ ਪਹਿਲਾਂ ਤੂੰ ਸੀ ਜਾਂ ਕੋਈ ਬਾਅਦ 'ਚੋਂ ਇਹ ਰੱਬ ਨੇ ਕੋਈ ਚਮਤਕਾਰ ਕਰਿਆ ਵੀ ਫਿਰ ਇਹ ਸਾਰਾ ਕੁਛ ਇੱਕੋਦਮ ਯਾਦ ਆਉਣ ਲੱਗ ਗਿਆ? ਮੈਨੂੰ ਬਾਈ ਕਾਲਜ ਟਾਈਮ 'ਤੇ ਪਤਾ ਲੱਗਿਆ ਜੀ, ਮੈਨੂੰ ਮੁੰਡੇ ਨੰਬਰ ਨਾਲ ਦੇ ਮਤਲਬ ਵੀ ਮਿੱਤਰ ਨੰਬਰ ਦੱਸਦੇ ਹੁੰਦੇ ਸੀਗੇ ਜੀ, ਬਾਅਦ 'ਚੋਂ ਮੈਨੂੰ ਪੁੱਛ ਲੈਂਦੇ ਵੀ ਤੇਰੇ ਨੰਬਰ ਯਾਦ ਆ ਜੀ, ਮੇਰੇ ਨੰਬਰ ਯਾਦ ਰਹਿ ਜਾਂਦਾ ਜੀ, ਬਸ ਉੱਥੋਂ ਤੋਂ ਮੈਂ ਧਿਆਨ ਦੇਣ ਲੱਗ ਗਿਆ ਜੀ, ਮਤਲਬ ਮੇਰੇ ਅੱਜ 3-4 ਹਜ਼ਾਰ ਨੰਬਰ ਮੂੰਹ ਜਵਾਨੀ ਯਾਦ ਆ ਜੀ। 3-4 ਹਜ਼ਾਰ ਆ? ਅੱਛਾ, ਅਤੇ ਕਦੇ ਇਹ ਹੋਇਆ ਬਾਈ ਕਿ ਆਪਦੇ ਆਪ ਨੂੰ ਐਂ ਲੱਗਿਆ ਹੋਵੇ ਕਿ ਯਾਰ ਮੈਂ ਪਾਗਲ ਨਾ ਹੋ ਜਾ ਨੰਬਰ ਯਾਦ ਕਰਦਾ ਕਰਦਾ? ਨਾ ਬਾਈ ਇਹੋ ਜਿਹੀ ਕੋਈ ਗੱਲ ਨਹੀਂ, ਸਮਾਂ ਦੀ ਮੈਨੂੰ ਸਵੇਰੇ ਜੀ 6 ਵਜੇ ਦੇ ਕਰੀਬ ਫੋਨ ਆਉਣ ਲੱਗ ਜਾਂਦੇ ਜੀ, ਕਿਸੇ ਜਿਵੇਂ ਕਿਸੇ ਨੂੰ ਪਿੰਡ 'ਚ ਕੋਈ ਕੰਮ ਆ ਜੀ, ਮੈਨੂੰ ਘੱਟੋ ਘੱਟ 25-30 ਫੋਨ ਆਉਂਦੇ ਜੀ ਸਵੇਰੇ ਜੀ, ਲੋਕ ਨੰਬਰ ਮੰਗਦੇ ਜੀ, ਕਿਵੇਂ ਕੋਈ ਹੁਣ ਮਿੱਟੀ ਪਾਉਣ ਦਾ ਕੰਮ ਚੱਲ ਰਿਹਾ ਜੀ ਖੇਤਾਂ 'ਚ, ਕਿਸੇ ਨੇ ਕਿਹਦੀ ਟਰਾਲੀ ਪੁੱਛਣੀ ਜੀ, ਟਰੈਕਟਰ ਪੁੱਛਣਾ ਜਾਂ ਹਲ ਪੁੱਛਣੇ ਜੀ, ਜਾਂ ਹੋਰ ਵੀ ਕੋਈ ਕਿਸੇ ਨੂੰ ਕੰਮ ਹੁੰਦਾ ਤਾਂ ਮੈਨੂੰ 25-30 ਫੋਨ ਰੋਜ਼ ਆਉਂਦੇ ਆ ਜੀ, ਤੁਹਾਡੇ ਤੋਂ ਪਹਿਲਾਂ ਮੈਨੂੰ 5-7 ਫੋਨ ਆ ਕੇ ਹਟਿਆ ਵੀ ਬਾਈ ਨੰਬਰ ਦੱਸੀ ਯਾਰ ਫਲਾਣੇ ਦਾ ਸਾਨੂੰ ਆਹ ਕੰਮ ਹੈ। ਅੱਛਾ ਹਾਂਜੀ, ਪਿੰਡ ਵਾਲੇ ਡਾਇਰੈਕਟਰੀ ਤੁਸੀਂ ਬਣਾਏ ਹੋਏ ਹੋ ਵੀ ਜਿਹੜੇ ਵੀ ਪਿੰਡ 'ਚੋਂ ਕਿਸੇ ਬੰਦੇ ਦਾ ਨੰਬਰ ਚਾਹੀਦਾ ਹੁੰਦਾ ਤਾਂ ਉੱਥੋਂ ਮਿਲੂਗਾ ਉਹਦੇ ਮੂੰਹ ਜਵਾਨੀ ਯਾਦ? ਹਾਂਜੀ। ਅੱਛਾ ਵਿਆਹ ਵੂ ਹੋਇਆ ਜਾਂ ਨਹੀਂ? ਵਿਆਹ ਹੋਇਆ ਜੀ। ਹਾਂਜੀ, ਬੱਚਾ ਹੈਗਾ? ਹਾਂਜੀ ਬੱਚਾ, ਗੁੜੀਆ ਹੈਗੀ ਹੈ ਜੀ। ਗੁੜੀਆ ਵੀ ਇੰਨੀ ਤੇਜ਼ ਆ? ਹਾਂ ਜੀ, ਗੁੜੀਆ ਬਹੁਤ ਤੇਜ਼ ਆ ਜੀ। ਹਾਂਜੀ, ਉਹ ਹਲੇ ਛੋਟੀ ਹੈ ਜੀ। ਹਾਂਜੀ, ਬਾਕੀ ਮੇਰੇ ਕਾਂਗਰਸ ਪਾਰਟੀ 'ਚ ਕੰਮ ਕੀਤਾ ਜੀ, ਆਪਾਂ ਮਾਨਸਾ ਦੇ ਕਾਂਗਰਸੀ ਲੀਡਰਾਂ ਦੇ ਸਾਰਿਆਂ ਦੇ ਮੂੰਹ ਜਵਾਨੀ ਨੰਬਰ ਯਾਦ ਆ ਜੀ। ਹਾਂਜੀ, ਕਿਆ ਬਾਤ ਆ ਵੀ ਬੰਦਾ, ਮੈਂ ਕਹਿੰਦਾ ਯਾਰ ਪੰਜਾਬ ਦਾ ਪਹਿਲਾ ਐਸਾ ਬੰਦਾ ਹੋਊ ਜਿਹੜੇ ਇੰਨੇ ਨੰਬਰ ਯਾਦ ਕਰੀ ਫਿਰਦਾ, 3-4 ਹਜ਼ਾਰ ਨੰਬਰ ਯਾਦ ਰੱਖਣੇ ਬਹੁਤ ਔਖੀ ਗੱਲ ਆ। ਬਾਈ ਇੱਕ ਗੱਲ ਹੋਰ, ਇਹ ਪੰਜਾਬੀ 'ਚ ਨੰਬਰ ਯਾਦ ਕਰ ਲੈਂਦੇ ਜਾਂ ਇੰਗਲਿਸ਼ 'ਚ ਵੀ ਹੋ ਜਾਂਦੇ? ਇਹ ਗੱਲ ਹੁੰਦੀ ਆ ਹਨਾ ਕਿ ਇੱਕ ਚੀਜ਼ ਯਾਦ ਹੋ ਸਕਦੇ ਆ? ਇੱਕ MP ਦੇ ਇਲੈਕਸ਼ਨ ਵੇਲੇ ਤੁਹਾਨੂੰ ਦੱਸਦਾ ਜੀ, ਰਾਜਾ ਵੜਿੰਗ ਜੀ ਨਾਲ ਸੀਗਾ ਜੀ, ਮੈਂ ਉਹਨਾਂ ਦੇ ਨਾਲ ਸੀਗਾ ਜੀ, ਮੈਂ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਕੋਈ ਨੰਬਰ ਬੋਲ ਕੇ ਜਾਓ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਕਾਹਲੀ ਸੀਗੀ ਜੀ, ਉਹਨਾਂ ਨੇ ਬਹੁਤ ਕਾਹਲੀ 'ਚ ਮੈਨੂੰ ਨੰਬਰ ਬੋਲਿਆ ਸੀ ਵੀ 9893 ਜੀ, ਕਹਿੰਦੇ ਨੋਟ ਕਰ ਲਾ ਜੀ, ਮੈਂ ਮਤਲਬ ਵੀ ਅੱਜ ਤੋਂ 5-6 ਸਾਲ ਪਹਿਲਾਂ ਦਾ ਨੋਟ ਕੀਤਾ ਹੋਇਆ ਜੀ, ਉਹ ਨੰਬਰ ਮੇਰੇ ਅੱਜ ਵੀ ਯਾਦ ਆ ਮੂੰਹ ਜਵਾਨੀ ਜੀ। ਅੱਛਾ ਹਾਂਜੀ, ਜੇ ਕੋਈ ਮੂੰਹ ਜਵਾਨੀ ਤੁਰਿਆ ਜਾਂਦਾ ਵੀ ਨੰਬਰ ਦੱਸਦੇ ਉਹ ਵੀ ਯਾਦ ਕਰ ਯਾਦ ਹੋ ਜਾਂਦਾ? ਹਾਂਜੀ।
यार शक्ति बहुत आ बंदे दी। ते भाई घर दे की कहंदे हुंदे आ? घर दे ये तां नहीं कहंदे भी तू पागलां वालियां हरकतां करी जाना, इह नंबर याद करी जाना, बोली जाना, घर दे तां नहीं कुछ कहंदे हैगे? भाई मेरे डैडी नूं भी बहुत बंदियां दे फोन आउंदे आ भी तुहाडे बेटे तों नंबर लै के दिओ जी, फिर ओह मैनूं मेरे नाल गल कराउंदे आ भी नंबर दिओ जी। ऐं करके माण महसूस करदे परिवार दे भी आपां। डैडी दी भी इन्नी याद शक्ति तेज़ कोई परिवार दे कोई होर बंदे दी याद शक्ति तेज़ होवे? मम्मी दी डैडी दी? परिवार च मेरे डैडी दी याद शक्ति बहुत तेज़ आ जी, उहनां दे कांग्रेसी लीडरां दे सारिआं दे नंबर मूँह जवानी याद आ जी। उहनां दे भी याद ने? अच्छा जानी गुणों उन्हें चो आए? उन्हें चो आए हो? हाँ जी। अच्छा हाँ जी। भाई जिमें पढ़ाई लिखाई किमें सी? पढ़ाई तुसी कैनोमेंट डिप्लोमे किते, पढ़ाई लिखाई कादी करी आ ते उदों भी इन्ने शहर सी? इलैक्ट्रिकल का डिप्लोमा किया भाई जी, मैं जिहड़ी चीज़ एक बार पढ़ ला जी भावें तुसी मेरे तो 10 साल बाद मैंने क्वेश्चन कर दे उसनू सेम लिख के विखा दूंगा जी। अच्छा हाँ जी, कोई भी क्वेश्चन जी। ते जिहड़ी अज तो 10-20 साल पहला चीज़ पढ़ी आ उह अज भी याद? हाँ जी, जिवें गुरुआं दे नाम अजे भी मेरे याद आ जी, सिख इतिहास बारे जी, पंज तख्त याद आ जी। ते ओ भाई इक साडे नाल जिहड़ा इंटरव्यू कराउण आया ओ भाई खड़ा गा, हुणे आपां लाइव टेस्ट कर लैने आ भाई, ओ बंदे दे किन्ने नंबर चलदे ते नंबर मूँह जवानी याद आने कि नहीं? उन्हां दे 2 नंबर चलदे आ भाई जी, दोनों ही याद आ जी, 9883-27-077-62-3-93-57-40। ते भाई ओह मुंडा कैमरामैन है, जदों शुरू च इंटरव्यू शुरू कीती आ उदों पहलां आपां नंबर थोनू दस्सिया सी इह बाई दा भी भाई तुसी नंबर असीं इंटरव्यू च पुछांगे, ते ओह मौका हुण ओह मुंडा कैमरा चला रहा पिछे साडा कैमरामैन है भाई उहदा नंबर दसो, क्योंकि इंटरव्यू दे शुरू होण तों पहलां असीं थोनू ओह नंबर दस्से सी, हुण टेस्ट करांगे याद आ जां नहीं? इहनां दा नंबर है 7874-80-51 जी। यही नंबर है भाई? वाह क्या बात है, कैमरामैन भी कहता भाई यही नंबर आ, तो जानी उदों का नंबर हुण भी याद है? हाँ जी बिल्कुल जी। किन्ने क साल पुराने नंबर याद रह जांदे? 10 साल 20 साल 25 साल? 15 साल तो पुराने नंबर याद नहीं जी। 15 साल तो भी पुराने? हाँ जी। तो जदों फोन आए हो आए हाए सी जिहड़े पुराने नंबर सी उहनां दे विच तां सिम शायद नहीं पैंदा सी, है ना? वह नंबर भी याद ने पुराने फोन नंबर किसे? हाँ जी पुराने जिवें साडे घरे फोन चलदा सी 0-16-52-287-205 जी। कोई गुआंढियां दा फोन नंबर जिन्हां दे टैलीफोन लग्गिया हुंदा सी उहनां दे पुराने टैलीफोन दा नंबर? हाँ जी, उहनां दा लिख लो 0-16-52-287-208 जी। अच्छा भरपूर सिंह नाम है जी इहनां दा, इहनां दे नंबर चलदा सीगा इह जी। हुण तां बंद हो गए? हुण जी हुण बंद नहीं जी। अच्छा मेरे कोल अज तों जी 10 साल पहलां नंबर चलदा सीगा 98-87-38-686 जी। 2000 मोबाइल नंबर याद कर लैणे, गड्डियां गुड्डियां दे नंबर भी याद कर? नंबर जी मोबाइल नंबर गड्डियां दे कदे ट्राई नहीं कीता? वैसे कोशिश नहीं की जी, हुण अग्गे तो कोशिश करांगे भी नाल गड्डियां दे भी याद करदे रहिए जी, ध्यान नहीं। हाँ जी ध्यान नहीं दिता जी कदे जी। अच्छा हाँ जी। ते भाई जे मैं गल करां कि इहनां दिमाग चुस्त दुरुस्त इह सारा चीज़ां इह आईआं किवें ने? तुसी कहिंदे हो कि मेरे पिता जी एवें सी, उहनां दी याद शक्ति बहुत तेज़ सी, फिर मानदे हो कि इह हैरीडिटरी है? हाँ जी हाँ जी बिल्कुल उही है जी, उन्हां दे खून च मतलब भी उन जदों उन्हां दे चलदा हुंदा जी उही बस अग्गे मतलब भी मेरे च उही गुण मेरे च जी। अच्छा हाँ जी। ते क्या बात है भाई, लगदा की आ बनना की चाहुंदे सी कि अज उत्थे तक पहुँच नहीं सके, की बनना चाहुंदे सी? बनना तो बस बई जी आपां कोई गवर्नमेंट जॉब करना चाहुंदे सी, कोई भी हुंदी जी, पर कोई सरकारी रिकॉर्ड मूँह जवानी याद होनी सी? हाँ जी हाँ जी बिल्कुल जी। ते भाई यार बई कितना ना कितने बेरोजगारी का मारिया हुआ जरूर आ, पर दिमाग बई का कंप्यूटर तो भी तेज है, जिमें असी लाइव टेस्ट थोड़ा दिखाए मुंडा नाल आया इंटरव्यू कराने उहदा भी नंबर बई नूं याद है, साडे कैमरामैन तक का भी एक बार नंबर उन्हें दसिया तो वह भी बई नूं याद आ, मेरा नंबर थोड़ा सीक्रेट है मैं तां करके नहीं दसना क्योंकि फोन बहुत ज़्यादा आ जाते फिर। तो बई एक होर सवाल करा मैं, तो जिमें हुण पिंड च जाने हो गए, कदे ये होया भी कदे किसी के रिश्तेदार ने भी थोड़े तो नंबर पूछा हो भाई यार वो रिश्तेदार का गाँह वो रिश्तेदार वह नंबर याद हैगा? हाँ जी हाँ जी भाई जी बहुत ही, जेडे मेरे दोस्त मित्र जो मैं मिलते हैं जी उन्होंने रिश्तेदार की मेरे मूँह जवानी याद है जी। रिश्तेदार के भी यार दोस्तों के रिश्तेदार? जिमें मेरे चाचा जी का बेटा जी उन्होंने सहुरे का मेरे मूँह जवानी याद है जी, पाल सिंह भम्मे गलां तो जी 98-725-80-301 जी। हाँ जी कोई यह कोई कल्ले उन्हों का नंबर ही नहीं जी, होर भी बथेरे नंबर होर भी जो मतलब पिंड मेरे दोस्त है जी उन्होंने रिश्तेदार के नंबर मेरे मूँह जवानी याद नहीं जी। आपके रिश्तेदारियों के किन्निया क नंबर याद ने? किन्निया रिश्तेदारियां ने? साड़ियां 7-8 रिश्तेदारियां सारियां मूँह जवानी याद है जी। उन्होंने गाह बच्चों के उन्होंने भी नंबर? हाँ जी हाँ जी बिल्कुल जी। अपनी भूआ के मुंडे का नंबर दस्यो? उन्होंने 9685-07-78 जी। अपने मामे के मुंडे का नंबर? 9876-57-895 जी। अपने चाचे के मुंडे का नंबर? 98-155-27-785 जी। अपने ताए के मुंडे का नंबर? उन्होंने 81-64-17-944 जी। अच्छा अपने सहुरे का नंबर? अब मेरे सहुरे 94-170-68-022 जी। अगले साले का नंबर? उन्हों का नंबर है जी 90-233-33-126 जी। अच्छा हाँ जी क्या बात है यार, मैं एक मिनट च नंबर बई तो पुछे, एक मिनट च ही बई ने दसे, क्या बात है। तो ये इंटरव्यू यही चीज़ है जी इंटरव्यू खास बनाती है कि बंदा सोचता है नहीं, एकदम इनू एक सेकेंड च सवाल पुछो कि नंबर दसी, एक सेकेंड दसूगा बई। हुण मैं होर सवाल करदा एक, तो बई
ਸਹੁਰਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਨੇੜਲਾ ਰਿਸ਼ਤਾ ਕਿਹਦੇ ਨਾਲ? ਨੇੜਲਾ ਰਿਸ਼ਤਾ ਤਾਂ ਮਤਲਬ ਸਹੁਰਿਆਂ ਦੇ ਵਿੱਚੋਂ ਹੀ ਸਾਲਿਆਂ ਨਾਲ ਮੇਂ ਰਹੇ। ਹਾਂਜੀ ਹਾਂਜੀ। ਸਾਲੇ ਦੀ ਗਾਹਾਂ ਰਿਸ਼ਤੇਦਾਰੀ 'ਚ ਕੋਈ ਨੰਬਰ ਯਾਦ ਹੋਵੇ? ਸਾਲੇ ਦੇ ਗਾਹਾਂ ਸਹੁਰਿਆਂ ਦਾ? ਸਾਲੇ ਹਲੇ ਅਨਮੈਰਿਡ ਨੇ ਜੀ। ਸਾਲੇ ਹਲੇ ਅਨਮੈਰਿਡ ਨੇ, ਜਦੋਂ ਹੋ ਗਏ ਤਾਂ ਉਹਨਾਂ ਸਾਲਿਆਂ ਦਾ ਵੀ ਨੰਬਰ ਯਾਦ, ਉਹਨਾਂ ਦੇ ਵੀ ਯਾਦ ਰੱਖਾਂਗੇ ਜੀ। ਹਾਂਜੀ ਹਾਂਜੀ ਬਾਈ। ਅਤੇ ਬਾਈ ਕਿੰਨੇ ਕੁ ਲੋਕ ਮਿਲਣ ਆ ਜਾਂਦੇ ਆ ਬਾਈ? ਹੁਣ ਤਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਏ ਹੋਏ ਆ। ਹੁਣ ਮਤਲਬ ਵੀ 10 ਕੁ ਦਿਨਾਂ ਤੋਂ ਕਾਫੀ ਲੋਕ ਆ ਰਹੇ ਨੇ ਜੀ। ਹਾਂਜੀ ਹਾਂਜੀ ਹਾਂਜੀ। ਰਾਜ ਰੂਜ ਪੁੱਛਦੇ ਆ ਵੀ ਪਿੱਛੇ ਦਾ ਰਾਜ ਕੀ ਆ? ਪੁੱਛਦੇ ਨੇ ਬਾਈ ਜੀ, ਕਹਿੰਦੇ ਵੀ ਇਹੋ ਜਿਹਾ ਵੀ ਕੀ ਖਾਂਦੇ ਹੋ, ਬਸ ਇਹੀ ਚੀਜ਼ਾਂ ਪੁੱਛਦੇ। ਮੈਂ ਕਿਹਾ ਸਿੰਪਲ ਖਾਣਾ ਖਾਂਦੇ ਜੀ। ਅੱਛਾ। ਹਾਂਜੀ ਬਾਈ ਜੀ। ਇਹ ਲਾਈਵ ਟੈਸਟ ਅਸੀਂ ਦਿਖਾ ਰਹੇ ਹਾਂ ਬਾਈ ਹੋਰਾਂ ਦਾ, ਜੇ ਕਿਸੇ ਨੇ ਲਾਈਵ ਟੈਸਟ ਦੇਖਣਾ ਵੀ ਹੋਵੇ ਤਾਂ ਬੁਰਜ ਹਰੀ ਪਿੰਡ ਹੈ ਜ਼ਿਲ੍ਹਾ ਮਾਨਸਾ ਬਾਈ ਦਾ, ਆ ਕੇ ਮਿਲ ਸਕਦੇ ਹੋ ਅਤੇ ਗੱਲਾਂ ਬਾਤਾਂ ਹੋਰ ਵੀ ਬਾਈ ਨਾਲ ਕਰਦੇ ਹਾਂ। ਬਾਈ ਜਿਵੇਂ ਹੁਣ ਉਹ ਸੁੱਖੀ ਬਾਈ ਆ, ਸੁੱਖੀ ਬਾਈ ਦੇ ਘਰ ਵਾਲਿਆਂ ਦਾ ਨੰਬਰ ਯਾਦ ਹੈ ਕੋਈ? ਕਦੇ ਇਹਨਾਂ ਨੇ ਦੱਸਿਆ ਹੋਵੇ ਵੀ ਬਾਈ? ਸੁੱਖੀ ਨੇ ਹਲੇ ਦੱਸਿਆ ਨਹੀਂ, ਸੁੱਖੀ ਨੇ ਮੈਨੂੰ ਆਪਦੇ ਨੰਬਰ ਹੀ ਦੱਸੇ ਸੀ, ਉਹ ਦੋਨੋਂ ਮੇਰੇ ਯਾਦ ਨੇ ਜੀ। ਹਾਂਜੀ ਸੁੱਖੀ ਦੀ ਮਤਲਬ ਮੈਨੂੰ ਜਿਹੜੇ ਨੰਬਰਾਂ ਤੋਂ ਕਾਲ ਆਉਂਦੀ ਹੈ ਜੀ ਉਹ ਮੇਰੇ ਯਾਦ ਨੇ ਜੀ ਦੋਨੋਂ। ਹਾਂਜੀ। ਅਤੇ ਜਾਣੀ ਇਹ ਗੱਲ ਵੀ ਹੈਗੀ ਆ ਹੈ ਨਾ, ਜਿਵੇਂ ਪੰਡਿਤ ਜਨਮ ਕੁੰਡਲੀ ਬਣਾਉਂਦੇ ਹੁੰਦੇ ਆ ਜਾਂ ਕਈਆਂ ਨੂੰ ਜਨਮ ਕੁੰਡਲੀ ਯਾਦ ਵੀ ਹੁੰਦੀ ਆ ਤਾਂ ਉਹੀ ਸਭ ਤੁਸੀਂ ਕੱਢਤਾ, ਤੁਸੀਂ ਉਹਨਾਂ ਦੇ ਪੂਰੇ ਪਰਿਵਾਰ ਦੇ ਨੰਬਰ, ਉਹਦੇ ਆਪਦੇ ਨੰਬਰ ਵੀ ਬੰਦੇ ਦੇ, ਉਹਦੇ ਪਰਿਵਾਰ ਦੇ ਵੀ ਗਾਹਾਂ, ਉਹਦੀਆਂ ਰਿਸ਼ਤੇਦਾਰੀਆਂ ਦੇ ਨੰਬਰ ਯਾਦ ਕਰ ਲੈਂਦੇ ਹੋ? ਬਿਲਕੁਲ ਜੀ। ਬਾਈ ਹੁਣ ਕੰਮਕਾਰ ਕੀ ਚੱਲੀ ਜਾਂਦਾ? ਹੁਣ ਬਾਈ ਜੀ ਅਸੀਂ ਅੱਜ ਕੱਲ੍ਹ ਆਪਣਾ ਨਵਾਂ ਚੈਨਲ ਬਣਾਇਆ ਹੋਇਆ ਜੀ, ਸੁੱਖੀ ਮਾਨਸਾਲਾ ਦੇ ਨਾਮ 'ਤੇ ਯੂਟਿਊਬ ਅਤੇ ਫੇਸਬੁੱਕ 'ਤੇ ਸਾਡਾ ਚੈਨਲ ਬਣਿਆ ਹੋਇਆ ਜੀ, ਉਹ 'ਤੇ ਅਸੀਂ ਨਵੀਆਂ ਮਤਲਬ ਵੀ ਮਨਪਸੰਦ ਵੀਡੀਓ ਲੋਕਾਂ ਦੇ ਲੈ ਕੇ ਆਉਂਦੇ ਜਿਹੜੀਆਂ ਆਪਣੇ ਪਰਿਵਾਰਾਂ 'ਚ ਬਹਿ ਕੇ ਆਪਾਂ ਵੇਖ ਸਕਦੇ ਹੋਈ ਜੀ। ਮੈਂ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਦੋਸਤਾਂ ਮਿੱਤਰਾਂ ਨੂੰ ਅਪੀਲ ਕਰੂੰਗਾ ਕਿ ਸਾਡਾ ਸੁੱਖੀ ਮਾਨਸਾ ਵਾਲਾ ਚੈਨਲ ਜੀ ਸਬਸਕ੍ਰਾਈਬ, ਲਾਈਕ, ਸ਼ੇਅਰ ਅਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ। ਹਾਂਜੀ। ਜਿਹੜੇ ਉੱਥੇ ਡਾਇਲੋਗ ਹੁੰਦੇ ਆ ਫਿਲਮ 'ਚ ਦਿੰਦੇ ਹੋਣਗੇ ਸ਼ਾਰਟ ਫਿਲਮਾਂ 'ਚ, ਉਹ ਡਾਇਲੋਗ ਕਿੰਨੀ ਛੇਤੀ ਯਾਦ ਕਰ ਲੈਂਦੇ? ਡਾਇਲੋਗ ਉਹਦੀ ਬਸ ਜੀ ਤੋਂ ਜੇ ਮੈਨੂੰ ਇੱਕ ਵਾਰੀ ਦੱਸਤਾ ਜੀ, ਬਸ ਦੁਬਾਰਾ ਦੱਸਣ ਦੀ ਲੋੜ ਨਹੀਂ ਡਾਇਲੋਗ ਜੀ, ਭਾਵੇਂ ਮੈਨੂੰ ਸ਼ਾਮ ਤੱਕ ਉਹੀ ਬੁਲਾਈ ਚੱਲੋ ਜੀ ਬਾਈ, ਮੈਨੂੰ ਬਸ ਮੈਨੂੰ ਦੱਸ ਦੇਣ ਵੀ ਹੁਣ ਤੂੰ ਆਹ ਸੀਨ ਬੋਲਣਾ ਜੀ ਹੁਣ ਆ। ਅੱਛਾ, ਇਹ ਤਾਂ ਨਹੀਂ ਹੈਗਾ ਸੀ ਬਚਪਨ ਦੇ ਵਿੱਚ ਜਦੋਂ ਮਾਸਟਰ ਕਲਾਸ 'ਚ ਪੜ੍ਹਾ ਕੇ ਜਾਂਦਾ ਸੀ ਕਿ ਮਾਸਟਰ ਇੱਕ ਵਾਰ ਪੜ੍ਹਾ ਕੇ ਗਿਆ ਅਤੇ ਉਹ ਗੱਲ ਖਾਨੇ 'ਚ ਪੈ ਜਾਂਦੀ? ਬਿਲਕੁਲ ਇਹੀ ਗੱਲ ਸੀਗੀ ਜੀ। ਅੱਛਾ। ਹਾਂਜੀ, ਜੋ ਇੱਕ ਵਾਰੀ ਪੜ੍ਹਾਤਾ ਜੀ ਮੇਰੇ ਯਾਦ ਸੀਗਾ ਜੀ, ਮਤਲਬ ਵੀ ਆਪਣਾ ਧਿਆਨ ਹੋਣਾ ਚਾਹੀਦਾ ਸੀ ਉਹ ਚੀਜ਼ 'ਚ ਵੀ ਆਪਾਂ ਪੜ੍ਹੀ ਜਾਂਦੇ ਜੀ, ਅਤੇ ਬਸ ਮੇਰੇ ਯਾਦ ਸੀਗਾ ਜੀ। ਯਾਦ ਰਹਿੰਦੇ? ਹਾਂਜੀ ਬਿਲਕੁਲ। ਪਹਾੜੇ ਪਹੁੜੇ ਤਾਂ ਫਿਰ ਯਾਦ ਰਹਿੰਦੇ ਹੋਣੇ ਪੂਰੇ? ਹਾਂਜੀ ਹਾਂਜੀ। ਅਤੇ ਇਹ ਚੀਜ਼ ਖਾਸ ਆ ਬਾਈ, ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਬਾਈ, ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ। ਬਾਈ ਜੀ ਤੁਹਾਡਾ ਵੀ ਬਹੁਤ ਬਹੁਤ, ਸਾਡੀ ਇੰਟਰਵਿਊ ਲੈਣ ਲਈ ਆ ਜੀ, ਬਹੁਤ ਬਹੁਤ ਧੰਨਵਾਦ ਜੀ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਘੈਂਟ ਪੰਜਾਬੀ।